वालेकुम दोस्तों, उम्मीद करता हूँ बहुत खैरियत से होंगे आप। मैं इस टाइम मौजूद हूँ MCG मेलबर्न क्रिकेट ग्राउंड ऑस्ट्रेलिया में, जहाँ ऑस्ट्रेलिया और भारत टीम के दरमियान जो वर्ल्ड कप फाइनल है वो खेला जा रहा है। इस टाइम काफी शायकीन क्रिकेट यहाँ मौजूद हैं, भारत की टीम से भारत को सपोर्ट करने उनके लोग आए हुए हैं। इसी तरह जो ऑस्ट्रेलिया जो मुकामी टीम है उसको भी सपोर्ट करने हैं। हमारे साथ एक भारतीय शायकीन मौजूद है, उनसे बात करते हैं। जी हेलो भाजी, ਕਿੱਥੋਂ ਆਏ ਤੁਸੀਂ ਤੇ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ? ਅਸੀਂ ਜੀ ਜਲੰਧਰ ਤੋਂ ਆਏ ਆ ਤੇ ਅਸੀਂ ਇੰਡੀਆ ਦੀ ਟੀਮ ਨੂੰ ਸਪੋਰਟ ਕਰਦੇ ਆ। ਕੀ ਸਮਝਦੇ ਹੋ ਇੰਡੀਆ ਇਸ ਟਾਈਮ ਕਿਸੇ ਕੋਲ ਹਾਰਿਆ ਨਹੀਂ ਹੈ, ਕੀ ਸਮਝਦੇ ਹੋ ਕਿ ਫਾਈਨਲ ਚ ਕੀ ਤਵਕਕਾਤ ਨੇ ਤੁਹਾਡੀਆਂ? ਮੈਨੂੰ ਲੱਗਦਾ ਇੰਡੀਆ ਜਿੱਤੇਗਾ। ਤੇ ਤੁਹਾਡਾ ਕੌਣ ਫੇਵਰਿਟ ਪਲੇਅਰ ਹੈ, ਕਿਹਨੂੰ ਸਪੋਰਟ ਕਰਨ ਆਏ ਹੋ ਇੱਥੇ? ਸ਼ਿਫਾਲੀ ਵਰਮਾ ਬਹੁਤ ਅੱਛਾ ਖੇਡ ਰਹੀ ਹੈ ਤੇ ਉਹ ਯੰਗੈਸਟ, ਤੁਹਾਨੂੰ ਪਤਾ ਸ਼ਰਮਾ ਜਿਹੜੀ ਹੈ ਉਹ ਯੰਗੈਸਟ ਪਲੇਅਰ ਹੈ, ਉਹਨੇ ਆਊਟ ਕਲਾਸ ਪਰਫਾਰਮੈਂਸ ਦਿੱਤੀ ਹੈ। ਫਾਈਨਲ ਚ ਕੀ ਤਵਕਕਾਤ ਨੇ ਤੁਹਾਡੀਆਂ? ਮੈਨੂੰ ਲੱਗਦਾ ਕਿ ਉਹ ਕਾਫੀ ਸਕੋਰ ਮਾਰੇਗੀ ਤੇ ਇਨਸ਼ਾਅੱਲਾ ਵੀ ਅਸੀਂ ਜਿੱਤਾਂਗੇ। ਲੋ ਜੀ, ਇੱਕ ਹੋਰ ਸਾਡੇ ਨਾਲ ਸ਼ਾਇਕੀਨ ਨੇ ਕ੍ਰਿਕਟ ਜੋ ਭਾਰਤ ਤੋਂ ਆਏ ਨੇ, ਉਹਨਾਂ ਨੂੰ ਪੁੱਛਨੇ ਆ ਕਿ ਉਹ ਕਿਹਨੂੰ ਸਪੋਰਟ ਕਰ ਰਹੇ ਨੇ। ਜੀ ਦੱਸਿਆ ਜੀ, ਕਿਹਨੂੰ ਸਪੋਰਟ ਕਰ ਰਹੇ ਹੋ ਜੀ ਤੁਸੀਂ? ਪਰ ਓਬਵੀਅਸਲੀ ਇੰਡੀਆ ਨੂੰ, ਇੰਡੀਆ ਨੂੰ ਸਪੋਰਟ ਕਰ ਰਹੇ ਹੋ। ਕੀ ਸਮਝਦੇ ਹੋ ਕਿ ਇੰਡੀਆ ਕਿੰਨੇ ਫੀਸਦ ਚਾਂਸ ਨੇ ਕਿ ਇੰਡੀਆ ਫਾਈਨਲ ਜਿੱਤ ਜਾਏਗਾ? ਜਦ ਤੱਕ ਇੰਡੀਆ ਦੀ ਪਰਫਾਰਮੈਂਸ ਰਹੀ ਹੈ ਹੁਣ ਤੱਕ ਲੱਗ ਰਿਹਾ ਵੀ ਇੰਡੀਆ ਹੀ ਜਿੱਤੂਗੀ। ਕਿਹੜਾ ਫੇਵਰੇਟ ਪਲੇਅਰ ਹੈ ਤੁਹਾਡਾ? ਸ਼ਿਫਾਲੀ ਵਰਮਾ। ਜੀ ਨਾਜ਼ਰੀਨ, ਤੁਸੀਂ ਵੇਖਿਆ ਹੈ, ਇਸਕੇ ਸਾਥ ਸਾਥ ਮੈਂ ਆਪਕੋ ਯੇ ਵੀ ਬਤਾਤਾ ਚਲੂੰ ਕਿ ਰਵਾਇਤੀ ਤਰੀਕੇ ਸੇ ਜੋ ਡਾਂਸ ਹੈ, ਜੋ ਢੋਲ ਕੀ ਧਾਪ ਹੈ, ਉਸ ਪਰ ਡਾਂਸ ਵੀ ਕੀਆ ਜਾ ਰਿਹਾ ਥਾ, ਤਾਂ ਕਿ ਆਪਣੀ ਟੀਮ ਕੋ ਸਪੋਰਟ ਕੀਆ। ਜੀ ਇਹੀ ਵਜ੍ਹਾ ਹੈ ਕਿ ਭਾਰਤ ਮੇਂ ਜੋ ਕ੍ਰਿਕਟ ਹੈ, ਔਰਤੋਂ ਵੀ ਕ੍ਰਿਕਟ ਹੈ, ਉਸਕੋ ਪ੍ਰਮੋਟ ਕੀਆ ਜਾ ਰਿਹਾ ਹੈ ਔਰ ਭਾਰਤ ਇਸ ਫਾਈਨਲ ਤੱਕ ਪਹੁੰਚਣੇ ਮੇਂ ਕਾਮਯਾਬ ਹੁਆ ਹੈ। ਜੀ